ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਿਰਮਲ ਸਿੰਘ ਔਲਖ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਅਕਸਰ ਆਪਣੀ ਇੰਟਰਨੈੱਟ ਦੇ ਜ਼ਰੀਏ ਯੂਟਿਊਬ ਦੇ ਥਰੂ ਘਰੇਲੂ ਨੁਸਖੇ, ਦੇਸੀ ਦਵਾਈਆਂ, ਬਾਕੀ ਦਾ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ ਦੇ ਸੰਬੰਧ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ। ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ ਕਿਉਂਕਿ ਬਹੁਤੀਆਂ ਭੈਣਾਂ ਦੇ ਇਹ ਫੋਨ ਆਏ ਸੀ ਕਿ ਵਾਲ ਬਹੁਤ ਝੜਦੇ ਨੇ, ਵਾਲ ਦੋ ਮੂਹੇ ਨੇ, ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਸੀ। ਅਤੇ ਉਹਦੇ ਵਾਸਤੇ ਕੱਦੂ ਦਾ ਤੇਲ ਲੈ ਲਓ ਜੀ, ਮਾਰਕੀਟ 'ਚੋਂ ਆਮ ਹੀ ਮਿਲ ਜਾਂਦਾ, ਇਹਨੂੰ ਕਿਹਾ ਜਾਂਦਾ ਰੋਗਨ ਕੱਦੂ, ਇਹਦੇ ਉੱਪਰ ਲਿਖਿਆ ਹੁੰਦਾ ਰੋਗਨ ਕੱਦੂ, ਇਹ ਮਿਲ ਜਾਂਦਾ। ਧਣੀਏ ਦਾ ਤੇਲ, ਇਹਦੇ ਉੱਪਰ ਵੀ ਲਿਖਿਆ ਹੁੰਦਾ ਤੇਲ ਧਣੀਆ। ਉਸ ਤੋਂ ਬਾਅਦ ਆਂਵਲਾ ਤੇਲ, ਇਹ ਮਾਰਕੀਟ 'ਚੋਂ ਔਲੇ ਦਾ ਤੇਲ ਆਮ ਮਿਲ ਜਾਂਦਾ, ਠੀਕ ਹੈ ਨਾ ਜੀ। ਬਦਾਮ ਰੋਗਨ, ਇਹ ਦੇਖੋ ਬਦਾਮ ਦਾ ਤੇਲ, ਇਹ ਮਾਰਕੀਟ 'ਚੋਂ ਮਿਲ ਜਾਂਦਾ, ਤੁਸੀਂ ਨਾਮਵਰ ਵਧੀਆ ਕੰਪਨੀਆਂ ਦਾ ਖਰੀਦ ਲਓ। ਅਤੇ ਇਹਦੇ ਵਿੱਚ ਪੰਜਵੀਂ ਚੀਜ਼ ਪੈਂਦੀ ਹੈ ਸਰ੍ਹੋਂ ਦਾ ਤੇਲ, ਆਪਣੇ ਘਰਾਂ 'ਚ ਹੁੰਦਾ, ਕੋਸ਼ਿਸ਼ ਕਰੋ ਸਰ੍ਹੋਂ ਲੈ ਕੇ ਤੇਲ ਕਢਾਇਆ ਜਾਵੇ। ਇਹਨਾਂ ਸਾਰੇ ਤੇਲਾਂ ਨੂੰ ਮਿਕਸ ਕਰਕੇ ਇਸ ਤਰ੍ਹਾਂ ਦਾ ਬਣ ਜਾਊਗਾ, ਇਸ ਸ਼ੀਸ਼ੀ ਦੇ ਵਿੱਚ ਪਾ ਕੇ ਇਹਦਾ ਢੱਕਣ ਖੋਲ੍ਹੋ, ਕੇਸੀ ਇਸ਼ਨਾਨ ਕਰਨ ਤੋਂ ਮਗਰੋਂ ਇਸ ਤੇਲ ਦੀ ਬਿਲਕੁਲ ਸਿਰ ਦੇ ਵਿੱਚ ਮਾਲਿਸ਼ ਕਰੋ। ਜੜ੍ਹ ਤੋਂ ਜਿਹੜੇ ਵਾਲ ਨੇ ਉਹ ਨਵੇਂ ਵੀ ਆਉਂਦੇ ਨੇ ਔਰ ਟੁੱਟਣੋਂ ਹਟ ਜਾਣਗੇ, ਜਿਹੜੇ ਤੁਹਾਡੇ ਵਾਲ ਝੜਦੇ ਨੇ ਉਹ ਹਟ ਜਾਣਗੇ, ਔਰ ਇਹਦੇ ਨਾਲ ਸਿਰ ਦੁਖਣੋਂ ਵੀ ਹਟ ਜਾਂਦਾ, ਦਿਮਾਗ ਵੀ ਤਰੋ ਤਾਜ਼ਾ ਰਹਿਣ ਲੱਗ ਜਾਂਦਾ। ਇਹ ਸੀ ਵਾਲ ਝੜਨ ਦਾ ਘਰੇਲੂ ਨੁਸਖਾ, ਸੋ ਇਹਦਾ ਵੱਧ ਤੋਂ ਵੱਧ ਲਾਭ ਉਠਾਓ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।